ਤੁਸੀਂ ਦੋਵੇਂ ਟਰਾਲ ਲਾਈ ਖੜੇ ਹੋ ਤੁਸੀਂ ਤੂੰ ਕਿਤੇ ਲੁਕਦਾ ਤੂੰ ਅੱਗੇ ਜਿੰਨਾ ਮਰਜ਼ੀ ਲੁਕ ਲਾ ਖਾਂ ਇਹ ਵਾਲਾ ਟਰਾਲਾ ਚੋਰੀ ਮਾਰਦਾ ਮੈਂ ਸਾਰਾ ਹੁਣ ਸਾਰਿਆਂ ਦੱਸਾਂਗਾ ਇਹਨੇ ਬਾਈ ਜਾਨ ਇਹ ਟਰਾਲਾ ਇਹਦਾ ਫਸ ਗਿਆ ਇਸ ਬੰਦੇ ਨੇ ਟਾਈਮ ਨਾਲ ਫੋਨ ਨਹੀਂ ਕੀਤਾ ਵੀ ਆ ਜਾ ਟਾਈਮ ਨਾਲ ਤੇ ਬੇਲੀ ਤੂੰ ਵੀ ਸਾਰ ਲਾ ਆਪਦਾ ਆ ਕੇ ਹੁਣ ਇਹ ਨਹੀਂ ਨਿਕਲਿਆ ਤੇ ਹੁਣ ਮੈਨੂੰ ਆਂਦਾ ਵੀ ਹੁਣ ਆ ਹਾਂਜੀ ਏਦਾਂ ਹੀ ਹੈ ਜੀ ਲੋ ਜੀ ਇਹ ਗਾਜ਼ੀ ਸਾਹਿਬ ਖਿੱਚਣਗੇ ਪਿੱਛਾਂ ਨੂੰ ਚੋਰੀ ਮੁਹੰਮਦ ਮਹਾਦ ਸਾਹਿਬ ਅੱਗੇ ਜ਼ੋਰ ਦੂਰ ਲਾ ਹਟੇ ਆ ਤੇ ਕੋਈ ਲਾਜ਼ਮੀ ਨਹੀਂ ਵੀ ਆਪਣਾ ਕੋਈ ਬਾੜਾ ਕੋਈ ਥਾਂ ਨਾ ਲੇਕਿਨ ਗੱਲ ਆ ਵੀ ਉਹ ਆਖਰ ਦੋ ਫਿਰ ਤਿੰਨ ਰਲ ਜਾਣ ਤਾਂ ਚਲੋ ਜ਼ਰਾ ਛਿੱਕਿਆ ਛੁੱਕਿਆ ਜਾਂਦਾ ਹੁਣ ਭਾਈ ਮਹਾਦ ਐਂ ਛਿੱਕਣਗੇ ਜੀ ਉਸ ਤੋਂ ਬਾਅਦ ਆਪਾਂ ਛਿੱਕਾਂਗੇ ਪਿੱਛੇ ਨੂੰ ਇਹਨੂੰ ਉਮੀਦ ਤਾਂ ਹੈ ਵੀ ਇਹ ਖਿੱਚ ਲੈਣਗੇ ਇਕੱਲੇ ਹੀ ਨਾ ਛਿੱਕਣਗੇ ਤਾਂ ਫਿਰ ਅਸਾਂ ਤਾਂ ਫਿਰ ਹੈ ਹੀ ਛਿੱਕੇ ਸਰ ਲਓ ਜੀ ਉਸਤਾਦ ਸਾਹਿਬ ਉਧਰੋਂ ਨਹੀਂ ਤਾਂ ਜਾਂਦਾ ਹੈ ਬੈਗ ਟੁਰ ਗਿਆ 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 ਲਓ ਜੀ ਇਹ ਜੀ ਲੱਗ ਜਾਂਦਾ ਥੱਲੇ ਜੀ ਯਕਦਮ ਖੱਡਿਆਂ 'ਚ ਇਸ ਤੋਂ ਅੱਗੇ ਇਹਦੀ ਕਪੈਸਿਟੀ ਖਤਮ ਹੋ ਜਾਂਦੀ ਹੈ ਚਲੋ ਜੀ ਮਾਂ ਸਾਹਿਬ ਦਾ ਸੰਗਲ ਕੱਢੋ ਜੀ ਐਨ ਹੋ ਜਾ ਅੱਗੇ ਹੋ ਜੀ ਉਦਾਂ ਲੰਘਦਾ ਨੀਗਾ ਆਈਫੋਨ ਦਾ ਰਿਜ਼ਲਟ ਹੈਗਾ ਜੀ ਉਹਨੇ ਚੋਰੀ ਗਾਜ਼ੀਆਂ ਗੂਜ਼ੀਆਂ ਦਾ ਹਾਲ ਹੀ ਕੋਈ ਨਹੀਂ ਟਰਾਲੀਆਂ ਤੇ ਯਾਰ ਇਹਦੇ ਨਾਲ ਤਾਂ ਸੱਠਾ ਪੱਕੇ ਪੈਰਾਂ ਨਾਲ ਜ਼ੋਰ ਮਾਰ ਜਾਂਦਾ ਮੱਠਾ ਜਿਹਾ ਜ਼ੋਰ ਲਾਉਂਦੇ ਆ ਡਰ ਡਰ ਕੇ ਲਵਾਉਂਦੇ
माशाला जजाक अल्लाह जी, भाई हमाद साहब का पूरा एकड़ ए गन्ना होया जी। तो भाई उन्होंने माशाला नाल दुआ की है जी, तो नाल जनाब उन्होंने पूरा प्रोग्राम बनाया भी अगले साल बेसमिला करके लेबर किस तरीके इनू बहर क्ढे गिली खोरी अग ला के गन्ना बाह देना। ट्रैक्टर ही ठंडा जहा पता नहीं कहा खड़ा है, पिछा हटा वो खोरी आ गई है, पिछा हटाओ जी, बैग लाओ बैग बैग लाओ, हां पिछा दूर भाग गया। है ये जनाब भाई माद साहब है, अब थोड़ा सा फिर पीछे को छिकेंगे, गाजी साहब फिर आगे को खींचेंगे। जमीन जो है वो नीचे से रेतली ते मिट्टी वाली है, ते थोड़ा जहा जोर लगता है ते सारा कुछ गुलकंद हो जाता है। चार पांच फुट पीछे नु खिंचण दा प्रोग्राम है पर बिलकुल दोनों गाजी नाकाम हो गए ने। ओ गाजी पिछे नु तेक रहा है ते अगे नु खिंच रहा है, ये कोशिश नाकाम हो चुकी है। जिन्ना गाजी दी मैं तारीफा करदा ये उन्ना ही मैनू टक्कां च बेइज्जत कराउंदा है। उस तो यह वीडियो का पहला हिस्सा, यदा दूसरा हिस्सा करते हैं, आप वीडियो लंबी हो गई है। सीन असल में यह कि वत्तर बहुत ज़्यादा आ, गन्ना सीधा आ, वजन बेशक ज़्यादा होवे ना होवे, जमीन रेतली है, थोड़ा जहा ट्रैक्टर स्लिप करता है, ट्राला थले तुरदा ही नहीं गा, टायर घुमा ही नहीं गा, स्लिप होंगे ने टायर।